ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਸੁਸ਼ੋਭਿਤ ਅਤੇ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਜਨਮ ਸਥਾਨ ਪਿੰਡ ਰੋਡੇ ਵਿਖੇ ਉਹਨਾਂ ਨਾਲ ਪਿਆਰ ਰੱਖਣ ਵਾਲੇ ਮਹਾਂਪੁਰਸ਼ ਸਾਰਾ ਹੀ ਸੰਤ ਸਮਾਜ ਸਿੰਘ ਸਾਹਿਬਾਨ ਔਰ ਉਹਨਾਂ ਦੇ ਸਾਥੀ ਫੈਡਰੇਸ਼ਨ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬਾਨ ਔਰ ਬਹੁਤ ਹੀ ਸਤਿਕਾਰਯੋਗ ਸਾਹਮਣੇ ਸੁਸ਼ੋਭਿਤ ਗੁਰੂ ਰੂਪ ਗੁਰੂ ਸਾਹਿਬ ਸਿੰਘ ਜੀ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਮਹਾਨ ਸੂਰਬੀਰਤਾ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਸ਼੍ਰੀਮਾਨ ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦਾ ਨਾਂ ਲੈਂਦਿਆਂ ਸਤਿਕਾਰ ਨਾਲ ਸਿਰ ਝੁਕ ਜਾਂਦਾ ਹੈ, ਔਰ ਉਹਨਾਂ ਦੇ ਹੋਣਹਾਰ ਪੋਤਰੇ ਸੰਤ ਬਾਬਾ ਅਵਤਾਰ ਸਿੰਘ ਜੀ ਉਹ ਵੀ ਸਟੇਜ 'ਤੇ ਸੁਸ਼ੋਭਿਤ ਨੇ। ਇਹ ਨਾਮ ਮੈਂ ਕਿਉਂ ਲਿਆ? ਕਿਉਂਕਿ ਸਾਡੀਆਂ ਝੋਲੀਆਂ ਜਾਂ ਰੋਡੇ ਪਰਿਵਾਰ ਦੀਆਂ ਝੋਲੀਆਂ ਇਹ ਜਿਹੜੀਆਂ ਭਰੀਆਂ ਸਨ ਸੰਤ ਬਾਬਾ ਗੁਰਭਜਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਔਰ ਉਸ ਤੋਂ ਬਾਅਦ ਮੇਰੇ ਸਤਿਕਾਰਯੋਗ ਪਿਤਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਟਾਈਮ ਭਾਵੇਂ ਸੇਵਾ ਦਾ ਥੋੜ੍ਹਾ ਮਿਲਿਆ ਲੇਕਿਨ 8 ਸਾਲਾਂ ਵਿੱਚ 50 ਸਾਲਾਂ ਦਾ ਸਿੱਖੀ ਦਾ ਬੋਲਬਾਲਾ ਕਰਕੇ ਇੱਕ ਨਾਰਾ ਦੇ ਕੇ ਗਏ ਸਨ। ਭਾਈ ਬੰਤਾ ਸਿੰਘ ਨੇ ਨਾਰਾ ਉਹੋ ਹੀ ਲਾਇਆ, ਔਰ ਐਮਰਜੈਂਸੀ ਜਦੋਂ ਹਿੰਦੁਸਤਾਨ ਜੇਲਖਾਨਾ ਬਣ ਗਿਆ ਸੀ, ਕੋਈ ਆਪਣੇ ਵਿਚਾਰ ਨਹੀਂ ਸੀ ਪ੍ਰਗਟ ਕਰ ਸਕਦਾ। ਉਸ ਟਾਈਮ 'ਤੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਨਾਰਾ ਲਾਇਆ ਸੀ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। 37 ਨਗਰ ਕੀਰਤਨ ਜਲੂਸ ਕੱਢ ਕੇ 37 ਦਿੱਲੀ ਦਰਬਾਰ, ਜਿੱਥੇ ਇੰਦਰਾ ਗਾਂਧੀ ਵੀ ਆ ਕੇ ਰਾਮਲੀਲਾ ਗਰਾਊਂਡ ਵਿੱਚ ਉਸੇ ਹੀ ਨਗਰ ਕੀਰਤਨ ਨੂੰ ਨਤਮਸਤਕ ਹੋਣ ਵਾਸਤੇ ਆਈ ਸੀ, ਤੇ ਜੇ ਉੱਥੇ ਭਰੇ ਦੀਵਾਨ ਵਿੱਚ ਖਰੀਆਂ ਕਿਸੇ ਨੇ ਸੁਣਾਈਆਂ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾਂ ਜੋਲੀਏ। ਬੀਬੀ ਨੂੰ ਇਹ ਗੱਲ ਕਹਿਤੀ ਸੀ ਮੈਦਾਨੇ ਜੰਗ ਵਿੱਚ ਕਿ ਬੀਬੀ ਐਮਰਜੈਂਸੀ ਨਹੀਂ ਰਹਿਣ ਦੇਣੀ, ਖਾਲਸਾ ਪੰਥ ਗੁਲਾਮ ਨਹੀਂ ਰਹਿਣ ਦੇਣਾ, ਔਰ ਨਾ ਇੱਥੇ ਨਸਬੰਦੀਆਂ ਹੋਣ ਦੇਣੀਆਂ, ਨਾ ਆਵਾਜ਼ ਬੰਦ ਹੋਣ ਦੇਣੀ ਹੈ, ਔਰ ਨਾ ਐਮਰਜੈਂਸੀ ਰਹਿਣ ਦੇਣੀ, ਨਾ ਜੇਲ੍ਹ ਖਾਨਾ ਹਿੰਦੁਸਤਾਨ ਰਹਿਣ ਦੇਣਾ। ਇਹ ਗੱਲ ਕੇਵਲ ਤੇ ਕੇਵਲ ਜੇ ਮੂੰਹ ਤੇ ਕੋਈ ਕਰ ਸਕਦਾ ਸੀ ਉਹ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕੀਤੀ, ਤੇ ਜਿਹੜੀ ਸਾਰੀ ਗਰਾਊਂਡ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੱਢੀ ਸੀ, ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੱਢੀ ਸੀ, ਉਹ ਅਚਾਨਕ ਐਕਸੀਡੈਂਟ ਹੋ ਗਿਆ। ਸੰਤਾਂ ਦਾ ਸਾਰੀ ਸੰਗਤ ਨੂੰ ਪਤਾ, ਸੰਤ ਸਮਾਜ ਨੂੰ ਵੀ ਸਾਰੇ ਨੂੰ ਪਤਾ, ਇੱਥੇ ਮਹਾਂਪੁਰਸ਼ ਸੁਸ਼ੋਭਿਤ ਨੇ, ਸਾਰਿਆਂ ਦਾ ਹੀ ਦਿਲੋਂ ਸਤਿਕਾਰ ਕਰਦੇ ਹਾਂ। ਲੇਕਿਨ ਉਸ ਤੋਂ ਬਾਅਦ ਸਾਰੀ ਸੇਵਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਦਿੱਤੇ ਗਏ। ਉਹਨਾਂ ਇੱਕ ਸ਼ਰਤ ਰੱਖੀ ਸੀ ਕਿ ਸੇਵਾ ਮੈਂ ਤਾਂ ਲਾਊਂਗਾ ਜੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਸ਼ਹੀਦ ਬਾਅਦ 'ਚ ਹੋਇਆ, ਉਹਨਾਂ ਨੇ ਐਮਏ ਕਰ ਲਈ ਸੀ, ਕਹਿਣ ਲੱਗੇ ਜੇ ਮੇਰੇ ਨਾਲ ਭਾਈ ਅਮਰੀਕ ਸਿੰਘ ਸੰਤਾਂ ਦੇ ਵੱਡੇ ਸਪੁੱਤਰ ਨਾ ਰਹਿਣਗੇ ਤਾਂ ਮੈਂ ਸੇਵਾ ਪ੍ਰਵਾਨ ਕਰਦਾ, ਨਹੀਂ ਤਾਂ ਨਹੀਂ ਕਰਨੀ। ਔਰ ਉਹਨਾਂ ਨੂੰ ਐਮਏ ਕਰਕੇ PhD ਕਰਦੇ ਸਨ, ਉਹ PhD ਵਿੱਚੇ ਛੱਡ ਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ, ਔਰ
ਉਦੋਂ ਤੱਕ ਰਹਿ ਲੋਕ ਖੁਸ਼ੀਆਂ ਤੱਕ ਰਹਿੰਦੇ ਆ, ਲੋਕ ਉਦੋਂ ਤੱਕ ਨਾਲ ਰਹਿੰਦੇ ਆ ਜਦੋਂ ਤੱਕ ਸੁੱਖ ਹੋਵੇ। ਲੇਕਿਨ ਮੈਨੂੰ ਇੱਕ ਅਫਸੋਸ ਵੀ, ਅੱਜ ਮੈਂ ਅੱਗੇ ਵੀ ਸਟੇਜਾਂ ਤੇ ਬੋਲਦਾ ਹੁੰਦਾ ਕਿ ਦੋ ਮਰਦ ਸੀ, ਦੋ, ਇੱਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਇੱਕ ਅਮਰ ਸ਼ਹੀਦ ਭਾਈ ਅਮਰੀਕ ਸਿੰਘ। ਔਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਇੱਕ ਕੱਲ ਮੈਂ ਪਰਸੋਂ ਇਸ਼ਤਿਹਾਰ ਪੜ੍ਹਿਆ, ਮੈਨੂੰ ਨਹੀਂ ਪਤਾ ਕਿ ਕਿਸ ਵਜ੍ਹਾ ਨਾਲ ਲਿਖਿਆ ਗਿਆ, ਲੇਕਿਨ ਮੈਂ ਇਹ ਗੱਲ ਬੇਨਤੀ ਜ਼ਰੂਰ ਕਰੂੰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ, ਬੜਾ ਸਤਿਕਾਰ ਆ ਸਾਡੇ ਦਿਲ ਵਿੱਚ। ਔਰ ਜਿੱਥੇ ਉਹਨਾਂ ਨੇ ਉਹ ਯਾਦਗਾਰ ਬਣਾਈ ਆ, ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਿਹਨਾਂ ਆਪਣੀ ਅੰਤਮ ਅਰਦਾਸ ਆਪ ਕੀਤੀ ਹੈ ਆਪ ਸ਼ਹੀਦੀ ਦੇਣ ਵਾਸਤੇ, ਉਹ ਵੀ ਮੈਂ ਥੋੜ੍ਹੀ ਜਿਹੀ ਗਾਥਾ ਇੱਥੇ ਦੱਸਣੀ ਹੈ ਕਿਉਂਕਿ ਸਮਾਂ ਥੋੜ੍ਹਾ, ਸਾਰਿਆਂ ਹੀ ਦਰਸ਼ਨ ਕਰਨੇ ਸੰਗਤ ਦੇ। ਜਦੋਂ 6 ਜੂਨ 1984 ਨੂੰ 9:15 ਤੇ ਸ਼ਹੀਦੀ ਹੋਣ ਲੱਗੀ ਹੈ ਭਾਈ ਅਮਰੀਕ ਸਿੰਘ ਨੂੰ, 4 ਵਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੱਢਣਾ ਚਾਹੁੰਦੇ ਸਨ, ਉਹਨਾਂ ਨੂੰ ਹੁਕਮ ਕੀਤਾ ਔਰ ਤੁਸੀਂ ਇੱਥੋਂ ਚਲੇ ਜਾਓ, ਟਕਸਾਲ ਵੀ ਚੱਲੂਗੀ, ਫੈਡਰੇਸ਼ਨ ਵੀ ਚੱਲੂਗੀ। ਲੇਕਿਨ ਭਾਈ ਅਮਰੀਕ ਸਿੰਘ ਨੇ ਇਹ ਗੱਲ ਕਹੀ ਕਿ ਸੁੱਖਾਂ ਵੇਲੇ ਸਾਰੇ ਰਹਿੰਦੇ ਆ, ਹੁਣ ਸ਼ਹੀਦੀਆਂ ਦਾ ਟਾਈਮ ਹੈ, ਬਾਬਾ ਜੀ ਮੇਰੀ ਗ੍ਰਿਫਤਾਰੀ ਤੋਂ 19 ਜੁਲਾਈ 1982 ਨੂੰ ਕਹਿਣ ਲੱਗੇ ਮੇਰੀ ਗ੍ਰਿਫਤਾਰੀ ਤੋਂ ਇਹ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ, ਲਿਖਿਆ ਨਹੀਂ ਗਿਆ ਇਸ਼ਤਿਹਾਰ 'ਚ। ਲੇਕਿਨ ਮੈਂ ਬੇਨਤੀ ਕਰਨੀ ਚਾਹੁੰਦਾ, ਉਹਨਾਂ ਕਿਹਾ ਮੇਰੀ ਗ੍ਰਿਫਤਾਰੀ ਤੋਂ ਸਾਰਾ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੇ ਇਹ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ, ਜਿਹਦੇ 'ਚ ਮੁੱਖ ਤੌਰ 'ਤੇ ਮੰਗ ਸਾਡੀ ਰਿਹਾਈਆਂ ਦੀ ਸੀ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਪਵਿੱਤਰ ਦਰਜਾ ਦੇਣ ਦੀ, ਸ਼ਹਿਰ ਨੂੰ ਗੱਲ ਸੀ ਸਾਰੇ ਨੂੰ, ਤੰਬਾਕੂ ਰਹਿਤ ਕਰਨ ਦੀ ਲੋੜ ਸੀ। ਔਰ ਸੱਚਖੰਡ ਹਰਿਮੰਦਰ ਸਾਹਿਬ ਤੋਂ ਨਾਲ 2 ਘੰਟੇ ਰੇਡੀਓ 'ਤੇ ਸ਼ਬਦ ਕੀਰਤਨ ਦੱਸਣ ਦੀ ਗੱਲ ਸੀ, ਤਾਂ ਸ਼ੁਰੂ ਹੋਇਆ ਸੀ। ਅਤੇ ਕਹਿਣ ਲੱਗੇ ਹੁਣ ਨਹੀਂ, ਹੁਣ ਤਾਂ ਸ਼ਹੀਦੀ ਨਾਲ ਹੋਊਗੀ ਤੁਹਾਡੇ। ਮੈਂ ਬੇਨਤੀ ਕਰਨਾ ਚਾਹੁੰਦਾ ਜਿੰਨਾ ਖਾਲਸਾ ਪੰਥ ਇਕੱਠਾ ਹੋਇਆ ਔਰ ਗਰਜਾ ਹੋ ਤੇ ਬੋਤਾ ਸੋ ਬਣ ਕੇ ਸੰਤ ਬਾਬਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਲੜੇ ਹੈ, ਉਹ ਜਿਉਂਦੇ ਵੀ ਇਕੱਠੇ ਰਹੇ, ਸ਼ਹੀਦੀਆਂ ਵੀ ਇਕੱਠੀਆਂ ਹੋਈਆਂ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਾਂ ਤਲੀ ਗਲੀ ਮਰੀ ਆਓ, ਇਤ ਮਾਰਗ ਪੈਰ ਤਰੀਜੈ, ਫਿਰ ਤੀਜੈ ਕਾਰ ਨਾ ਕੀਜੈ। ਇਕੱਠਿਆਂ ਅਰਦਾਸ ਕਰਕੇ ਪਹਿਲਾ ਜਥਾ ਭਾਈ ਅਮਰੀਕ ਸਿੰਘ ਦੀ ਅਗਵਾਈ 'ਚ ਜਿਹੜਾ ਨਿਕਲਿਆ ਥੱਲੇ ਆਇਆ, ਦੂਸਰਾ ਜਥਾ ਬਾਬਾ ਥਾਰਾ ਸਿੰਘ ਦੀ ਅਗਵਾਈ 'ਚ ਥੱਲੇ ਆਇਆ, ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੇ ਫਿਰ ਜਿਹੜਾ ਉਹਨਾਂ ਵਚਨ ਕੀਤਾ ਸੀ ਬਾਬਾ ਬੰਤਾ ਸਿੰਘ ਜੀ ਨੇ ਕੀ ਉਹ ਗੱਲ ਦੱਸੀ ਹੈ, ਉਹਨਾਂ ਵਚਨ ਕੀਤਾ ਸੀ ਕਿ ਭਾਵੇਂ 2 ਕਦਮਾਂ ਵੀ ਤੁਰੂਗਾ ਦਮਦਮੀ ਟਕਸਾਲ ਦਾ ਮੁਖੀ, ਕਿਉਂਕਿ ਸਿਰ ਲੱਤੇ ਤੋਂ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖ ਕੇ ਲੜੇ ਸਨ ਤੇ ਬਾਬਾ ਜਰਨੈਲ ਸਿੰਘ ਜੀ ਇਹ ਗੱਲ ਕਹਿੰਦੇ ਸਨ ਕਿ ਭਾਵੇਂ 2 ਕਦਮੀ ਆਪਣਾ ਸਰੀਰ ਗੋਲੀਆਂ ਛਾਣੀ ਛਾਣੀ ਹੋ ਜਾਏ, ਬੰਬਾਂ ਨਾ ਉੱਡ ਜਾਏ, ਭਾਵੇਂ 2 ਕਦਮੀ ਤੁਰੇ, ਡਿਓੜੀ ਵਾਲੇ ਦਾ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਨਿਕਲੇ ਆ। ਤੇ ਭਾਈ ਅਮਰੀਕ ਸਿੰਘ ਜਿੱਥੇ 2 ਨਿਸ਼ਾਨ ਸਾਹਿਬ ਹੈ, ਇਹਨਾਂ ਦੀ ਸ਼ਹੀਦੀ ਇੱਥੇ ਹੋ ਗਈ ਹੈ, ਉਹਨਾਂ ਦੀ ਉੱਥੇ ਹੋ ਗਈ, ਅਰਦਾਸ ਇਕੱਠਿਆਂ ਕੀਤੀ ਸੀ। ਤੇ ਜੇ ਇਕੱਠਿਆਂ ਅਰਦਾਸ ਕੀਤੀ ਹੈ, ਗੁਰਦੁਆਰੇ ਵੀ ਇਕੱਠੇ ਬਣ ਗਏ, ਸ਼ਹੀਦੀ ਯਾਦਗਾਰਾਂ ਵੀ ਇਕੱਠੀਆਂ ਬਣ ਗਈਆਂ ਔਰ ਗੈਲਰੀਆਂ ਵੀ ਇਕੱਠੀਆਂ ਬਣ ਗਈਆਂ। ਦੋਵਾਂ ਦਾ ਨਾਂ ਲਿਆ ਕਰੋ, ਮੈਂ ਬੋਲਣ ਵਾਲੇ ਬਰਾਰਿਆਂ ਨੂੰ ਗੱਲ 'ਚ ਪੱਲਾ ਪਾ ਕੇ ਬੇਨਤੀ ਕਰਨੀ ਚਾਹੁੰਦਾ, ਦੋਵਾਂ ਦਾ ਨਾਂ ਲਿਆ ਕਰੋ। ਸੋ ਬੇਨਤੀ ਹੈ ਕਿ ਇਹ ਸ਼ਹੀਦੀਆਂ ਅਰਦਾਸ ਕਰਕੇ ਹੋਈਆਂ ਨੇ ਤੇ ਮੈਂ ਸਭ ਤੋਂ ਵੱਡਾ ਮਾਣ
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਦੇਣਾ ਚਾਹੁੰਦਾ, ਕਿਉਂਕਿ ਸੌਤ ਫਰਕੇ ਹੋ ਸਕਦੇ ਆ ਲੇਕਿਨ ਨਹੀਂ, ਜੇ ਉਹਨਾਂ ਦੀ ਯਾਦਗਾਰ ਬਣਾਈ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਮਤਾ ਪਾਸ ਕੀਤਾ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਸਹਿਮਤੀ ਨਾਲ ਅੱਜ ਜੋ ਉੱਥੇ ਯਾਦਗਾਰ ਬਣੀ ਹੈ ਉਹਦਾ ਕ੍ਰੈਡਿਟ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਜਾਂਦਾ ਔਰ ਦੇਣਾ ਚਾਹੀਦਾ। ਮੈਂ ਜਕਾਰਾ ਛੱਡੂੰਗਾ, ਬਾਹਾਂ ਖੜੀਆਂ ਕਰਕੇ ਆਖੀਏ ਕਿ ਅਸੀਂ ਉਹਨਾਂ ਦੇ ਵਾਰਸ ਹਾਂ, ਉਹਨਾਂ ਦੀਆਂ ਯਾਦਗਾਰ ਅਸੀਂ ਬਣਾਈ, ਹੁਣ ਸ਼ਹੀਦੀ ਗੈਲਰੀ ਵੀ ਬਣਨੀ ਹੈ। ਬੋਲੇ ਸੋਨਿਹਾਲ ਸ੍ਰੀ ਅਕਾਲ। ਹੁਣ ਮੈਂ ਇੱਕ ਗੱਲ ਉਹ ਕਰਨੀ ਚਾਹੁੰਦਾ, ਅੱਜ ਖਲੋਤੇ ਆ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਗੱਲਾਂ ਕਰਨੀਆਂ ਸੌਖੀਆਂ ਨੇ, ਰੋਡੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਔਰ ਭੂਰੇ ਪਰਿਵਾਰ ਦੀ ਵੀ ਕੁਰਬਾਨੀ, ਮੈਂ ਮੂੰਹੋਂ ਨਹੀਂ ਕਹਿ ਸਕਦਾ, ਨਹੀਂ ਮੈਨੂੰ ਕਹਿਣੀ ਚਾਹੀਦੀ, ਲੇਕਿਨ ਸ਼ਹੀਦੀਆਂ ਦੇਣੀਆਂ ਬਹੁਤ ਵੱਡੀ ਗੱਲ, ਉਹਦੇ ਨਾਲ ਦੀ ਕੋਈ ਆਸਾਨੀ ਨਹੀਂ, ਲੇਕਿਨ ਸਾਲਾਂ ਬੱਧੀ ਜੇਲ੍ਹ 'ਚ ਰਹਿਣਾ ਭਾਈ ਜਸਵੀਰ ਸਿੰਘ ਰੋਡੇ ਵਰਗਿਆਂ ਨੇ ਔਰ ਸਾਲਾਂ ਬੱਧੀ ਜੋਧਪੁਰ ਜੇਲ੍ਹ 'ਚ ਰਹਿਣਾ ਭਾਈ ਸਰਬਜੀਤ ਸਿੰਘ ਜੰਮੂ ਸੋਲ ਵਰਗਿਆਂ ਨੇ ਔਰ ਜਸਵੀਰ ਸਿੰਘ ਘੁੰਮਣ ਵਰਗਿਆਂ ਨੇ, ਮਨਜੀਤ ਸਿੰਘ ਭੌਮਾਇਆ ਗਰੇਵਾਲ ਇੱਥੇ ਬੈਠਾ, ਇਹ ਸਾਰੀ ਫੈਡਰੇਸ਼ਨ ਦੀ ਸੇਵਾ ਕਰਦੇ ਆ। ਅਤੇ ਜਦੋਂ ਅਸੀਂ ਰਾਤ ਨੂੰ ਸੰਗਤਾਂ ਕੋਲੇ ਜਾਂਦੇ ਸੀ, ਜਦੋਂ ਸੰਗਤ ਚਲੀ ਜਾਂਦੀ ਸੀ ਅਤੇ ਇੱਕ ਗੱਲ ਉਹਨਾਂ ਨੇ ਕਹੀ ਸੀ, ਜਦੋਂ ਰਾਤ ਨੂੰ 11 ਵਜੇ ਜਾਂਦੇ ਸੀ ਇਹ ਸਾਰੇ ਉਹਨਾਂ ਦੇ ਸਾਥੀ ਬੈਠੇ ਆ ਔਰ ਉਹ ਕਹਿੰਦੇ ਸੀ 1,00,000 ਬੰਦੇ ਦਾ ਘੇਰਾ ਇੱਥੇ ਪੈਣਾ ਹੈ ਅਤੇ 5 ਤਰੀਕ ਦੀ ਸ਼ਾਮ ਨੂੰ ਮੇਰੀ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਜਿਹੜੀ ਆਖਰੀ ਗੱਲ ਹੋਈ ਉਹ ਮੈਂ ਦੱਸ ਕੇ ਅਤੇ ਖਿਮਾ ਦਾ ਇਜਾਜ਼ਤ ਹੋ ਜਾਣਾ। ਔਰ ਉਹਨਾਂ ਨੇ ਜਦੋਂ ਫੋਨ 'ਤੇ ਗੱਲ ਹੋਈ, ਟੈਂਕੀ ਢੱਠੀ ਜਿੱਥੇ ਫੈਡਰੇਸ਼ਨ ਦਾ ਉੱਥੇ ਸਾਹਮਣੇ ਮੋਰਚਾ ਸੀ ਅਤੇ ਕਹਿਣ ਲੱਗੇ ਹੁਣ ਆਪਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਜਾਣਾ ਚਾਹੀਦਾ, ਇੱਧਰਲੇ ਮੋਰਚੇ ਢਹਿ ਗਏ ਆ। ਅਤੇ ਕਹਿਣ ਲੱਗੇ ਹਰਮਿੰਦਰ ਸਿੰਘ ਸੰਧੂ ਕਹਿਣ ਲੱਗੇ, ਕਹਿੰਦੇ ਫਿਰ ਕੌਣ ਜਾਵੇ, ਔਰ ਇੱਥੇ ਚਾਵਲਾ ਸਾਹਿਬ ਵੀ ਬੈਠੇ ਆ, ਮੈਂ ਫੁਲਾਣਾ ਮਹਿਤਾ ਸਾਹਿਬ ਬੈਠੇ ਆ, ਇਹ ਸਾਥੀ ਆ ਸੰਤ ਜਰਨੈਲ ਸਿੰਘ ਜੀ ਦੇ ਔਰ ਘੁੰਮਣ ਸਾਹਿਬ ਸਭ ਸਾਥੀ ਨੇ। ਮੈਂ ਬੇਨਤੀ ਕਰ ਰਿਹਾ ਸੀ ਕਿ ਸੰਤਾਂ ਨਾਲ ਗੱਲ ਹੋਈ, ਉਹ ਕਹਿਣ ਲੱਗੇ, ਮੈਂ ਕਿਹਾ ਜੀ ਤੁਹਾਡਾ ਵਜਨ ਪੂਰਾ ਹੋ ਗਿਆ, ਅੱਜ 1,00,000 ਨਹੀਂ, ਅੱਜ 1,00,000 ਤੋਂ ਵੀ, 1,00,000 ਤੋਂ ਵੀ ਜ਼ਿਆਦਾ, ਅੱਜ ਸਾਰਾ ਹੀ ਪੰਜਾਬ ਉਹਨਾਂ ਨੇ ਸੀਲ ਕਰ ਦਿੱਤਾ ਅਤੇ ਸਾਨੂੰ ਕੀ ਹੁਕਮ ਹੈ। ਕਹਿੰਦੇ ਤੁਸਾਂ ਨਹੀਂ ਇੱਧਰ ਨੂੰ ਆਉਣਾ ਔਰ ਵਜਨ ਮੰਨਣਾ ਔਰ ਤੁਸੀਂ ਦੇਖ ਲਿਓ, ਕਹਿੰਦੇ ਚੜ੍ਹਦੀ ਕਲਾ ਵਿੱਚ ਰਹਿਣਾ ਔਰ ਇੱਕ ਨਾਲ ਤੁਕ ਪੜੀ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦਿੱਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਇਹ ਆਖਰੀ ਵਚਨ ਸਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ। ਮੈਂ ਜਿੱਥੇ ਬਾਬਾ ਜੀ ਦਾ ਧੰਨਵਾਦ ਕਰਦਾ, ਗੱਲਾਂ ਕਹਿਣੀਆਂ ਸੌਖੀਆਂ ਨੇ, ਯਾਦਗਾਰਾਂ ਬਣਾਉਣੀਆਂ ਔਖੀਆਂ ਨੇ ਔਰ ਇਹਨਾਂ ਨੇ ਜਿੱਥੇ ਉਹਨਾਂ ਦੇ ਸ਼ਹੀਦੀ ਦਾ ਮਹਾਨ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਕੀਤਾ ਅਕਾਲ ਤਖ਼ਤ ਸਾਹਿਬ 'ਤੇ, ਉੱਥੇ ਅੱਜ ਮੈਂ ਇੱਥੇ ਜਦੋਂ ਰੋਡੇ ਪਿੰਡ 'ਚ ਆਇਆ ਅਤੇ ਨਾਲ ਦੇਖਿਆ ਕਿ ਬਹੁਤ ਸੁੰਦਰ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਨੇ ਬਣਾਇਆ, ਭਾਈ ਜਸਵੀਰ ਸਿੰਘ ਜੀ ਨੇ ਬਣਾਇਆ, ਜਿੱਥੇ ਇਹਨਾਂ ਦੇ ਦਰਸ਼ਨ ਹੋਏ ਆ ਉੱਥੇ ਸਾਡੇ ਭਤੀਜੇ ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੋਣਹਾਰ ਪੁੱਤਰ ਭਾਈ ਈਸ਼ਰ ਸਿੰਘ, ਅਸੀਂ ਇਕੱਠੇ ਚੁੱਕਦੇ ਰਹੇ ਖੜਾਉਂਦੇ ਰਹੇ, ਭਾਈ ਇੰਦਰਜੀਤ ਸਿੰਘ ਔਰ ਸਾਰਾ ਰੋਡੇ ਅਤੇ ਪੂਰੇ ਪਰਿਵਾਰ, ਸਾਰਾ ਇੱਕ ਪਰਿਵਾਰ ਹੈ। ਮੈਂ ਸਮਝਦਾ ਕਿ ਮੈਂ ਜਿੰਨਾ ਵੀ ਇਸ ਪਰਿਵਾਰ ਦਾ ਅਸੀਂ ਮਾਣ ਕਰੀਏ, ਸਤਿਕਾਰ ਕਰੀਏ ਉਹਨਾਂ ਥੋੜ੍ਹਾ, ਮੈਂ ਕੌਮ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ, ਇਹਨਾਂ ਪਰਿਵਾਰਾਂ ਦੀ ਬਹੁਤ ਵੱਡੀ ਦੇਣ ਹੈ, ਲੋਕ ਇਹਨਾਂ ਦੀਆਂ ਕੁਰਬਾਨੀਆਂ ਨੂੰ ਅੱਜ ਖਾਲਸਾ ਜੀ ਛੁਟਿਆ ਕੇ ਦੱਸਣ ਦੀ ਕਈ ਕੋਸ਼ਿਸ਼ ਕਰਦੇ ਆ, ਉਹਨਾਂ ਤੋਂ ਸਾਵਧਾਨ ਰਹੋ ਔਰ ਇਹ ਰਸਤਾ ਪੰਥ ਦਾ ਬੜਾ ਬਿਖਰਾ, ਇਸ ਰਸਤੇ ਦੇ ਚੱਲਣ ਵਾਲਿਆਂ ਨੂੰ ਬਹੁਤ ਤਕਲੀਫਾਂ ਬਹੁਤ ਦੁੱਖ ਆਉਂਦੇ ਆ। ਮੈਂ ਪ੍ਰਬੰਧਕਾਂ ਦਾ ਔਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ, ਅਖੀਰ ਵਿੱਚ ਬਾਬਾ ਜੀ ਦਾ 4th-5th ਵਾਰ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕ ਹੈ, ਬੋਲਦਿਆਂ ਕੋਈ ਗਲਤੀ ਹੋਈ ਤਾਂ ਮਾਫ਼ ਕਰਨਾ,
ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।